हैलो एवरी वन अज मैं थोड़े ना शेयर कर जा रही हूँ जी क्वेश्चन पेपर एमए हिंदी का थर्ड समेस्टर का क्वेश्चन पेपर है ये यूनिवर्सिटी चंडीगढ़ का क्वेश्चन पेपर है पेपर थ्री है जी ऑप्शन फिफ्थ है uh, पेपर का नाम है जी हिंद हिंदी पत्रकारिता का स्वरूप और विकास सो so, ਇਹ ਵਾਲਾ ਤੁਹਾਨੂੰ ਕੰਪਲੀਟ ਕੁਐਸਚਨ ਪੇਪਰ ਇਸ ਵੀਡੀਓ ਦੇ ਵਿੱਚ ਮਿਲੇਗਾ ਇਹ ਕੁਐਸਚਨ ਪੇਪਰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦਾ ਕੁਐਸਚਨ ਪੇਪਰ ਹੈ ਜੇਕਰ ਈਅਰ ਦੀ ਗੱਲ ਕਰੀਏ ਤਾਂ 2022 ਦਾ ਕੁਐਸਚਨ ਪੇਪਰ ਹੈ 2024 ਦਾ ਇਹ ਕੁਐਸਚਨ ਪੇਪਰ ਹੈ ਸੋ 2022 ਦੇ ਵਿੱਚ ਐਗਜ਼ਾਮ ਸੀ ਉਹ ਆਨਲਾਈਨ ਮੋਡ ਦੇ ਵਿੱਚ ਲਏ ਗਏ ਸੀਗੇ ਸੋ ਆਫਲਾਈਨ ਐਗਜ਼ਾਮ ਨੂੰ ਕੋਰੋਨਾ ਪੋਸੀਬਲ ਨਹੀਂ ਸੀਗਾ ਕਿਉਂਕਿ ਉਸ ਟਾਈਮ ਤੇ ਵੀ ਕੋਵਿਡ ਚੱਲ ਰਿਹਾ ਸੀ ਸੋ ਉਸ ਤੋਂ ਬਾਅਦ ਜਿੰਨੇ ਵੀ ਐਗਜ਼ਾਮ ਹੋਏ ਸੀ ਉਹਨਾਂ ਨੂੰ ਆਫਲਾਈਨ ਮੋਡ ਦੇ ਵਿੱਚ ਕਰ ਦਿੱਤਾ ਗਿਆ ਸੀ ਇਹ ਲਾਸਟ ਐਗਜ਼ਾਮ ਸੀਗੇ ਇਸ ਸੈਮੈਸਟਰ ਦੇ ਜੋ ਆਨਲਾਈਨ ਹੋਏ ਸੀਗੇ ਸੋ ਸਕਰੀਨ ਤੇ ਤੁਹਾਨੂੰ ਸ਼ੋ ਕਰ ਰਿਹਾ ਜੀ 80 ਮਾਰਕਸ ਦਾ ਤੁਹਾਡਾ ਐਗਜ਼ਾਮ ਹੈ 3 ਆਵਰਜ਼ ਦਾ ਤੁਹਾਡੇ ਕੋ ਸੋ ਨੋਟ ਇਹਨਾਂ ਨੇ ਲਿਖਿਆ ਜੀ ਖੰਡ 1 اور ਖੰਡ 2 2 से दो-दो प्रश्नो के उत्तर दीजिए खੰਡ 3 लघुउत्तरी प्रश्न से किन्ही 5 के उत्तर दीजिए ਸੋ ਇਹ ਨੋਟ ਲਿਖਿਆ ਹੋਇਆ ਜੀ ਇਹਨਾਂ ਨੇ ਮੈਂ ਤੁਹਾਨੂੰ ਸਕਰੀਨ ਤੇ ਤੁਹਾਡਾ ਕਵੈਸਚਨ ਪੇਪਰ ਸ਼ੋ ਕਰਵਾ ਰਹੀਆਂ ਤਾਂ ਤੁਸੀਂ ਉਹਦਾ ਸਕਰੀਨ ਸ਼ਾਟ ਲੈ ਸਕਦੇ ਹੋ ਸੋ ਫਸਟ ਤੁਹਾਨੂੰ ਖੰਡ 1 ਸ਼ੋ ਕਰ ਰਿਆ ਸਕਰੀਨ ਤੇ ਉਹਦੇ ਵਿੱਚ ਤੁਹਾਨੂੰ 1 2 3 4 ਜੋ ਕਵੈਸਚਨ ਪੁੱਛੇ ਗਏ ਨੇ ਸੋ ਕਿਹਦੇ ਤੁਸੀਂ ਦੋ ਪ੍ਰਸ਼ਨਾਂ ਦੇ ਉੱਤਰ ਦੇਣੇ ਹੁੰਦੇ ਆ ਸੋ ਖੰਡ 1 ਸ਼ੋ ਕਰ ਰਿਆ ਤੁਹਾਨੂੰ ਸਕਰੀਨ ਤੇ ਖੰਡ 1 ਸ਼ੋ ਕਰ ਰਿਆ ਨੈਕਸਟ ਮੈਂ ਸ਼ੋ ਕਰਵਾ ਰਹੀਆਂ ਜੀ ਤੁਹਾਨੂੰ ਖੰਡ ਦੋ ਖੰਡ ਦੋ ਵੀ ਤੁਹਾਨੂੰ ਸਕਰੀਨ ਤੇ ਸ਼ੋ ਕਰ ਰਿਹਾ। ਸੋ ਸਕਰੀਨ ਸ਼ਾਟ ਤੁਸੀਂ ਨਾਲ ਦੀ ਨਾਲ ਲੈ ਸਕਦੇ ਹੋ। ਖੰਡ 2 ਤੋਂ ਅੱਗੇ ਤੁਹਾਨੂੰ ਖੰਡ 3 ਸ਼ੋ ਕਰ ਰਿਹਾ ਸਕਰੀਨ ਤੇ। ਸੋ ਇਹ ਸੀਗਾ ਜੀ ਤੁਹਾਡਾ ਕੰਪਲੀਟ ਕੁਐਸਚਨ ਪੇਪਰ ਮੈਂ ਹੋਰ ਵੀ ਕੁਐਸਚਨ ਪੇਪਰ ਤੇ ਵੀਡੀਓ ਤੁਹਾਡੇ ਲਈ ਬਣਾਉਂਦੀ ਰਹਾਂਗੀ। ਵੀਡੀਓ ਤੁਹਾਨੂੰ ਵਧੀਆ ਲੱਗੀ ਹੈ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤਾਂ ਜੋ ਮੇਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ